ਯੂਟਿਊਬ ਇਨਕਮ ਆ ਗਈ ਆ ਲੇਕਿਨ ਕਾਫੀ ਜ਼ਿਆਦਾ ਚਾਂਸਸ ਹੁੰਦੇ ਆ ਵੀਡੀਓ ਵਾਇਰਲ ਹੋਣ ਦਾ ਮਠਾਈ ਕਿੱਥੇ ਆ ਇਹ ਰਸ ਮਿੱਸੀ ਹੀ ਰੱਖੀ ਆ ਕਿ ਰੋਟੀ ਵਾਵਾ ਖਾਦੇ ਜਾਂਦੇ ਆ ਸਾਰੇ ਸ਼ੈਸ ਕਰਤਾ ਬੰਦਰ ਹਾਂ ਤਾਂ ਬੇਸਿਕ ਆ ਬੰਦਰ ਅਸਲਾਮ ਅਲੈਕੁਮ ਉਮੀਦ ਕਰਦੀ ਆ ਸਾਰੇ ਕਰ ਕਰੀਏ ਨਾਲ ਹੋਣਗੇ ਵੱਲ ਹੋਣਗੇ ਜ਼ਰਾ ਬਹਿ ਕੇ ਗੱਲ ਕਰਦੇ ਆ ਖੜੋ ਖੜੋ ਕਾ ਬਿਨਾ ਪਿੰਜਰੀਆਂ ਦੁਖਣੇ ਲੱਗ ਜਾਂਦੀਆਂ ਤੇ ਉਹਨਾਂ ਹਾਂਡੀ ਪਕਾਣ ਲੱਗੀਆਂ ਅਜਕਾ ਭਾਬੀ ਕਹਿ ਰਹੀ ਸੀ ਕਿ ਜ਼ਿਆਨ ਦਾ ਪੇਪਰ ਹੈ ਤੇ ਮੈਂ ਤਾਂ ਉਹਨੂੰ ਤਿਆਰੀ ਕਰਾਨੀ ਆ ਤੇ ਮੈਂ ਸੋਦਾ ਭੇਜ ਦਿੰਨੀ ਉਹ ਸੋਰੀ ਸਬਜ਼ੀ ਭੇਜ ਦਿੰਨੀ ਆ ਕਿ ਤੇ ਉਧਰ ਹਾਂਡੀ ਬਣਾ ਲਾ ਤੇ ਮੈਨੂੰ ਪਤਾ ਮੇਰੇ ਕੋਈ ਕੁਛ ਪੈਣਾ ਸੋਚਦੇ ਹੁਣੇ ਕਿ ਬਾਜੀ ਘਰ ਬੈ ਕੇ ਵੀਲੌਗ ਕਰਦੇ ਰਹਿੰਦੀ ਆ ਕਦੀ ਸਾਨੂੰ ਆਪਦਾ ਕਿਚਨ ਮਖਾਣਦੀ ਹੁੰਦੀ ਆ ਕਦੀ ਹਾਂਡੀ ਭੁੰਨਦੀ ਹੁੰਦੀ ਆ ਤੇ ਕੋਈ ਚੰਗਾ ਜਿਹਾ ਵੀ ਵੀਲੌਗ ਲੈ ਕੇ ਆਏ ਤੇ ਆਪਾਂ ਔਰਤਾਂ ਨੂੰ ਹੋਰ ਕੀ ਕੰਮ ਹੁੰਦਾ ਵਾ ਬੰਦਿਆਵਾ ਕੋ ਪਾਈਆਂ ਵਾ ਕੋ ਜਾਂ ਬੁਆਇਜ਼ ਵਾ ਕੋ ਆਪ ਬਾਹਰ ਜਾ ਕੇ ਤਾਂ ਵਲੋਗਿੰਗ ਕਰਨ ਤੋਂ ਰਹਿ ਤੇ ਇਸ ਵਾਸਤੇ ਕਰਦੀਆਂ ਜਿਹੜੀਆਂ ਐ ਅਪੀਛੇ ਤੁਹਾਨੂੰ ਸਾਡਾ ਇੱਕ ਦਾ ਹਾ ਕਿਚਨ ਨਜ਼ਰ ਆ ਰਿਹਾ ਹੋਣਾ ਵਾ ਤੇ ਮੈਂ ਦਾਸਤ ਭਾਈ ਦੇ ਵੇਟ ਕਰ ਰਹੀ ਆ ਕਿ ਸਬਜ਼ੀ ਦੇ ਚਿਕਨ ਲੈ ਕੇ ਆ ਜੇ ਉਹ ਨਿੱਦਰ ਮੈਂ ਤਾਂ ਥੋੜਾ ਵਾਕ ਘਟਾਲਾਂ ਵਾ ਕਰਨਾ ਤੇ ਤੁਸੀਂ ਵੀ ਕਿੰਨੇ ਹੋਣੀਆਂ ਬਾਜੀ ਆਪ ਦਾ ਜਦੋਂ ਨਵੇਂ ਵਲੋਗ ਸ਼ੁਰੂ ਕੀਤਾ ਆਪ ਦਾ ਸ਼ਾਨਦਾਰ ਥੋੜਾ ਹੀ ਵਿਖਾਈ ਜਾਂਦੀ ਤੂੰ ਰੋਣਾ ਭਾਣਾ ਕਿਉਂਕਿ ਵਾਕ ਜਿਹੜੀ ਆ ਉਹ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਵਾਕ ਲਾਜ਼ਮੀ ਕਰਿਆ ਕਰੋ ਮਮੀ ਪੰਜ 10 ਮਿੰਟ ਕੱਟ ਕੇ ਨਾ ਆਪਦੇ ਇੱਥੇ ਹਾਲ ਦੇ ਚੱਕਰ-ਵੱਕਰ ਲਾ ਦੇਣੀ ਹੁੰਦੀ ਆ ਉੰਜ ਤਾਂ ਪੈਮ ਨਹੀਂ ਮਿਲਦਾ ਦੇਲੀ ਨਹੀਂ ਕਰਦਾ ਕਰਨ ਨੂੰ ਇਧਰ ਤੋਂ ਐਂ ਬਾਤ ਉਸਨੇ ਪੇਪਰ ਕਾ ਬਤਾਏ ਪੇਪਰ ਕੈਸਾ ਹੋ ਆਪਕਾ ਠੀਕ ਹੋ ਵਾ ਸਹੀ ਹੋ ਵਾ ਕੈਸਾ ਹੋ ਕੈਸਾ ਹੋ ਨਾ ਸਹੀ ਬਤਾਓ ਸਿੱਧੇ ਖੜੇ ਹੋ ਕੇ ਦੱਸ ਸਹੀ ਹੋ ਵਾ ਸਹੀ ਹੋ ਵਾ ਪਿੱਛੇ ਰਹਿ ਬੈਠੇ ਓਏ ਅੱਜ ਤੁਹਾਡਾ ਇੱਕ ਗੁੱਡ ਨਿਊਜ਼ ਵੀ ਸ਼ੇਅਰ ਕਰਦੀ ਆ ਸਾਡੇ ਇੱਕ ਹੋਰ ਫੈਮਿਲੀ ਮੈਂਬਰ ਦੀ YouTube ਇਨਕਮ ਆ ਗਈ ਆ ਤੇ ਉਹ ਵੀ ਤੁਹਾਨੂੰ ਸ਼ੇਅਰ ਕਰਦੀ ਆ ਲੇਕਿਨ ਅੱਜ ਕੜਾਈ ਵੀ ਬ बनानी ਆ ਅੱਜ ਕਾ ਭਾਬੀ ਨੇ ਮਜ਼ੇਦਾਰ ਜੀ ਬਿਲਕੁਲ ਡਿਫਰੈਂਟ ਤਰੀਕੇ ਨਾਲ ਕੜਾਈ ਬ बनानी ਆ ਤੇ ਉਹ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜੇ ਸੋਨੇ ਪੈਨ ਆਪਣਾ ਹੋਣੇ ਸਬਸਕ੍ਰਾਈਬ ਨਹੀਂ ਕੀਤਾ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਵੀ ਕਰ ਲਓ 2 ਦਦ ਪਿਆਜ਼ ਤੇ 3 ਦਦ ਮਿਰਚਾਂ ਸਾਰੇ ਮਸਾਲਾ ਜਾਦ ਫਰਾਈ ਕਰਕੇ ਨਾਲ ਬਲੈਂਡ ਕਰ ਲੈਨੇ ਆ ਸਿਰਫ ਸੁੱਕੇ ਮਸਾਲੇ ਨਹੀਂ ਪਾਣੇ ਟਮਾਟਰ ਕੀ ਨੂੰ ਕਿਤੇ ਗੰਡੇ ਤੇ ਧਾਰ ਚੀਨੀ ਦਾ ਡੰਡਾ ਲੌਂਗ ਦੋ ਦੋ ਤਿੰਨ ਕਾਲੀਆਂ ਮਿਰਚਾਂ ਤੇ ਆਹ ਹਰੀਆਂ ਮਿਰਚਾਂ ਜਿਵੇਂ ਤੁਹਾਨੂੰ ਵਿਖਾਈਆਂ ਸੀ ਤਿੰਨ ਅੱਧ ਦਹ ਹਰੀਆਂ ਮਿਰਚਾਂ ਇਹਨਾਂ ਨੂੰ ਸਾਰਿਆਂ ਨੂੰ ਫਰਾਈ ਕਰ ਲਿਆ ਸੀਗਾ ਉਸ ਤੋਂ ਬਾਅਦ ਆਇਲ ਚੋਂ ਕੱਢ ਲੈਣਾ ਵਾ ਤੇ ਹੁਣ ਇਹਨਾਂ ਨੂੰ ਬਲੈਂਡ ਕਰ ਲੈਣਾ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਅਸਕਾ ਪਾਬੇ ਦਾ ਵੀ ਚੈਨਲ ਆ ਤੇ ਉਹਨਾਂ ਦੀ ਨਾ ਫਰਸਟ YouTube ਇਨਕਮ ਆ ਗਈ ਆ ਲੇਕਿਨ ਇਹ ਤੁਹਾਨੂੰ ਦੱਸ ਨਹੀਂ ਐਗਜ਼ੈਕਟ ਫਿਗਰ ਤਾਂ ਨਹੀਂ ਪਤਾ ਲੇਕਿਨ ਮੇਰੇ ਤੋਂ ਜ਼ਿਆਦਾ ਹੀ ਆਈ ਆ ਐਕਚੁਅਲੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਪਤੀਸੇ ਵਾਲੀ ਤੁਹਾਨੂੰ ਪਤਾ ਹੀ ਹੋਣਾ ਵਾ ਓਏ ਟੋਨੋ ਕੇ ਬਠਾ ਹਏ ਟਨ ਕਾ ਕੇ ਟੋਨੋ ਕੇ ਬਠਾ ਫਿਰ ਨਾਲ ਹੀ ਪਰੇ ਹੋ ਗਿਆ ਸ਼ਦਾਈ ਅੱਜ ਕੱਲ ਦੇ ਬੱਚਿਆਂ ਨੂੰ ਨਾ ਸੂਤ ਕਰਨ ਦਾ ਆਹੀ ਤਰੀਕਾ ਵਕ ਕਾਰਟੂਨ ਲਗਾ ਕੇ ਨਾ ਅੱਗੇ ਬਿਠਾ ਦੋ ਤੇ ਸੈਟ ਰਹਿੰਦੇ ਆ ਫਿਰ ਨੀ ਇਹਨਾਂ ਦੇ ਮੂੰਹ ਚੋਂ ਚੂ ਚਾਂ ਚੂ ਚਾਂ ਨਿਕਲਦੇ ਨੀ ਤਾਂ ਉਂਝ ਬੜਾ ਹੀ ਸਤਾਂਦੇ ਆ ਇਸ ਕੀ ਥੋੜੀ ਥੋੜੀ ਪਤਾਈਆਂ ਕਰ ਦੋ ਓ ਬਿਸਮਿਲਲਾਏ ਮੇਰਾ ਮਿੱਠਾ ਕੁਝ ਨਹੀਂ ਹੋਆ ਕੋਸ਼ਿਸ਼ ਪੈਣਾ ਸੋਚ ਰਿਹਾ ਹੁਣ ਇੱਕ ਹੈ ਇੱਡੀ ਜਲਦੀ ਕਿਥੋਂ YouTube ਇਨਕਮ ਆ ਗਈ ਸਾਨੂੰ ਤਾਂ 3 ਦਿਨ ਸਾਲ ਹੋ ਗਿਆ ਕੰਮ ਕਰਦੇ ਸਾਡੀ ਤਾਂ ਨਹੀਂ ਆਈ ਇਹ ਡਿਪੈਂਡ ਕਰਦਾ ਵਰਕ ਤੇ ਕੁਆਲਿਟੀ ਵਰਕ ਤੇ ਕੰਟੈਂਟ ਤੇ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਵਾ ਅਗਰ ਤੁਸੀਂ ਤੁਹਾਡਾ ਚੈਨਲ ਅੱਛਾ ਹੋਆ ਕੈਮਰਾ ਰਿਜ਼ਲਟ ਅੱਛਾ ਹੋਆ ਕੰਟੈਂਟ ਤੁਸੀਂ ਅੱਛਾ ਪਾ ਰਹੇ ਹੋ ਮਿਹਨਤ ਕਰ ਰਹੇ ਹੋ ਅੱਛੇ-ਛਟੈਗ ਲਾ ਰਹੇ ਹੋ अच्छा टाइटल लगा रहे हो ਤੇ ਹੋਰ ਕੀ ਹੁੰਦਾ ਵਾ ਥੰਬਨੇਲ ਅੱਛਾ ਬਣਾ ਰਹੇ ਹੋ ਆ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਆ ਵੀਡੀਓ ਨੂੰ ਵਾਇਰਲ ਕਰਨ ਚ ਹਰ ਚੀਜ਼ ਅਗਰ ਤੁਹਾਡੀ ਪਰਫੈਕਟ ਆ ਨਾ ਤੇ ਕਾਫੀ ਜ਼ਿਆਦਾ ਚਾਂਸਸ ਹੁੰਦੇ ਆ ਵੀਡੀਓ ਵਾਇਰਲ ਹੋਣ ਦਾ ਤੇ ਲੱਕ ਵੀ ਡਿਪੈਂਡ ਕਰਦੀ ਆ ਕਿਈ ਲੋਕਾਂ ਦੀ ਕਦੀ ਵੀ ਹਿੱਟ ਹੋ ਸਕਦੀ ਆ 5 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਵੀ ਹਿੱਟ ਹੋ ਸਕਦੀ ਕੋਈ ਵੀ ਵੀਡੀਓ ਜਾਂ ਕਈ ਮੇਰੀਆਂ ਭੈਣਾਂ ਮੇਰੇ ਵਕੂ ਯਾਨੀ ਕਿ ਮੈਨੂੰ ਜਿਵੇਂ 1.5 ਸਾਲ ਬਾਅਦ ਮੇਰੀ ਥੋੜੀ ਜਿਹੀ ਇੱਕ ਵੀਡੀਓ ਵਾਇਰਲ ਹੋਈ ਆ ਜ਼ਿਆਦਾਤਰ ਲੋਕਾਂ ਨੂੰ ਨਾ तकरीबन 2-2 3-3 ਸਾਲ ਹੀ ਲੱਗਦੇ ਆ ਤੇ ਫਿਰ ਆਟੋਮੈਟਿਕਲੀ ਯਾਨ ਹੁੰਦਾ ਵਾ ਐਟ ਲੀਸਟ 3 ਸਾਲ ਦਾ ਕਿਤੇ ਨਹੀਂ ਗਿਆ ਤਰਬੂਜ ਸਾਡਾ ਨਾ ਬਿਲਕੁਲ ਹੀ ਲਾਲ ਨਿਕਲੇ ਆਇਆ ਵਾ ਲਾਸਟ ਦੋ ਦਫਾ ਜਿਹੜੇ ਮੰਗਵਾਏ ਸੀ ਨਾ ਉਹ ਇੰਨੇ ਖਾਸ ਨਹੀਂ ਸੀ ਨਿਕਲੇ ਆ ਜਿਹੜੀ ਚੱਕੀ ਜੀ ਕਢਵਾਈ ਦੀ ਆ ਚੱਕੀ ਜੀ ਅੱਛੀ ਨਿਕਲਿਆਂਦੀ ਸੀ ਤੇ ਜਦੋਂ ਕੱਟੀ ਦਾ ਸੀ ਤੇ ਵਿੱਚ ਜਾ ਲਾ ਤੇ ਸ਼ਾਪਕੀਪਰਾਂ ਨੂੰ ਵੀ ਲੱਗਦਾ ਪਤਾ ਚੱਲ ਜਾਂਦਾ ਵਾ ਕਿ ਇੱਥੋਂ ਇੱਥੋਂ ਸਹੀ ਹੁਣਾ ਵਾ ਉੱਥੋਂ ਹੀ ਚੱਕੀ ਲਾ ਕੇ ਦਿੰਦੇ ਆ ਮੈਨੂੰ ਪਤਾ ਸੀ ਕਿ ਭਾਈ ਬਾਬੇ ਦੀ YouTube ਇਨਕਮ ਆਈ ਹੈ ਤੇ ਅਕਾ ਭਾਬੀ ਤੇ ਜ਼ਾਹਦ ਭਾਈ ਜਦੋਂ ਆਏ ਨਾ ਮੈਂ ਕਿਹਾ ਮਠਾਈ ਕਿੱਥੇ ਆ ਉਹਨਾਂ ਦਾ ਪਤਾ ਨਹੀਂ ਇਰਾਦਾ ਸੀ ਜਾਂ ਨਹੀਂ ਖਵਾਣ ਦਾ ਤੇ ਮੈਂ ਜਦੋਂ ਕਿਹਾ ਨਾ ਫਿਰ ਜ਼ਾਹਦ ਭਾਈ ਕਹਿੰਦਾ ਹੁਣੇ ਲੈ ਆ ਨਾ ਫਿਰ ਤਰਬੂਜ਼ ਤੇ ਮਠਾਈ ਲੈ ਕੇ ਆਏ ਇੱਥੇ ਸ਼ਾਮੂ ਕਹਿੰਦਾ ਆਪਦਾ ਹੀ ਰੋਲਾ ਚੁੱਕਿਆ ਹੋਇਆ ਕਹਿੰਦਾ ਮੈਂ ਜ਼િયાન ਭਈਆ ਕੋ ਪੜਾਤਾ ਹਾਂ ਮੈਂ ਜ਼િયાન ਭਈਆ ਕੋ ਪੜਾਤਾ ਹਾਂ ਨਾ ਉਹਨੂੰ ਪੜਨ ਦੇ ਜ਼ਿਆ ਸ਼ਾਨ ਜੀ ਅੱਗੇ ਹੂੰ ਜੀ 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 ਮਾਂ ਅੰਮੀ ये बताओ ना ये, ये क्या बना है ऊपर देखी उसको ऊपर ये क्या बना हुआ है अनार यार बड़ा मजेदार बड़ा मजेदार नहीं खाली अनार अलिफ से अनार अलिफ से अनार बड़ा मजेदार ये कहां से सीखा है ये ये कल टीचर ने सिखाया है मजेदार तो नहीं टीचर ने 가टे जाना है अलिफ से अनार बस चिकन कढ़ाई भी सारी रेडी हो गई है ਓ ਸਾਢੇ ਨੀ ਮੁਰਗੀ ਦੀ ਚਿਕਨ ਕੜਾਈ ਵੀ ਰੈਡੀ ਹੋ ਗਈ ਆ ਤੇ ਭਾਬੀ ਨੇ ਰਸ ਮਿੱਸੀ ਹੀ ਰੱਖੀ ਆ ਕਿ ਰੋਟੀ ਬਾਵਾ ਖਾਦੇ ਜਾਂਦੇ ਆ ਤੇ ਬਹੁਤ ਹੀ ਮਜ਼ੇਦਾਰ ਕੜਾਈ ਬਣਾਈ ਸੀ ਇਸ ਕਾ ਭਾਬੀ ਨੇ ਨਾ ਹੂੰ ਉਤਰ ਜਾ ਆਪੇ ਖੁਦ ਹੀ ਉਤਰੋ ਮੈਂ ਕਿਉਂ ਉਤਾਰੂੰ ਅੱਛਾ ਚਲ ਆਜਾ ਮੈਂ ਤੇ ਆਜਾ ਉਤਾਰੂੰ ਤਾਰੂੰ ਇਹ ਜਾਈਗਾ ਸ਼ਾਮੂ ਕਾਕਾ ਕਹਿੰਦਾ ਫੁੱਪੀ ਫੁੱਪੀ ਮੈਨੂੰ ਥੱਲੇ ਲਾ ਮੈਂ ਕਹਾ ਮਮੇ ਨਹੀਂ ਲਾਣਾ ਇੱਥੇ ਬੈਠਾ ਚੀਕਦਾਰ ਆ ਜਿੰਨਾ ਤੂੰ ਸਤਾਣਾ

बेसे, बेसे बेसे बच्चा हाँ बेसे बेसे बाजा बेसे बेसे बंदा बेसे, बेसे बा, बादल बादल यहाँ तेरी अम्मा तेरे ऊपर पढ़ाएगी मार के फिर पढ़ाएगी ना इधर आराम से बैठ चॉकलेट नहीं मिलती नहीं चल नाच जा ਜਿਆਨ ਦਾ ਨਾ ਉਰਦੂ ਦਾ ਪੇਪਰ ਸੀ ਤੇ ਮੈਂ ਕਹਾ ਮੈਨੂੰ ਪੜਾਣੀ ਹੈ ਮੇਰੇ ਕੋ ਤਾਂ ਪੜਦਾ ਨਹੀਂ ਸੀ ਪਿਆ ਸ਼ਰਾਰਤਾਂ ਬੋਤੀਆਂ ਕਰ ਰਿਹਾ ਸੀਗਾ ਤੇ ਪੜਦਾ ਘੱਟ ਸੀ ਤੇ ਅਜ ਕਾ Papa ਬਿਗਾਰੇ ਤੇ ਮੈਂ ਕਹਾਂ ਰਹੀ ਜਾਨੀ ਘਰ ਜਾ ਕੇ ਇਹਨੂੰ ਤਿਆਰੀ ਕਰਵਾਉਣੀ ਹੈ ਅਜ ਕਾ Papa ਬਿਨਾਂ ਵਾਵਾ ਡਾਂਟ ਕੇ ਤੇ ਮਾਰ ਕੇ ਨਾ ਪਿਠਾ ਲੈਂਦੀ ਆ ਮੇਰੇ ਕੋ ਕੋਈ ਨਹੀਂ ਪੜਦਾ ਹੈ ਜਿਆਨ ਆਪਕੋ ਬੈਗ ਪਹਿਨਣੇ ਲਈ ਰੱਖਾ ਹੋਇਆ ਹੈ ਪਤਾ ਹੈ ਆਪਕੋ ਅੱਲਾ ਫੇਸ ਐਸੇ ਹੈਂਗ ਕਰੇ ਅੱਲਾ ਫੇਸ ਤੋਂ ਕਰਦੇ ਹੈ ਅੱਲਾ ਫੇਸ